ਪੱਠੇ ਵੱਢਣ ਦੀ ਪਈ ਏ ਇਸ ਟਾਈਮ ਪੱਠੇ ਵੱਢਣ ਸ਼ਿਕਲ ਤੇ ਪੈ ਰਹੇ ਸੁਬਹਾ ਸੁਬਹਾ ਨਾ ਵੱਢੀ ਤੇ ਫਿਰ ਇਸ ਟਾਈਮ ਵੱਢਣ ਸੁਬਹਾ ਸੁਬਹਾ ਕਿਉਂ ਵੱਢਦਾ ਸੇਬ ਜਿਹੜਾ ਪੱਠੇ ਵੜ ਕੇ ਨਾਲ ਹਵੇਲੀ ਸੁੱਟ ਕੇ ਆ ਜਾਂਦਾ ਤੇ ਮੈਂ ਜਿਹੜਾ ਦੌੜ ਨੂੰ ਅਨੀਬ ਨੂੰ ਬੁਲਾਵਣ ਲੱਭਣਾ ਵਾ ਪੰਜੇ ਭਰਾ ਹਲ ਕੇ ਜਿਹੜਾ ਦਾਦਾ ਜਿਹੜਾ ਪ੍ਰੈਂਕ ਕਰਾਂਗੇ ਦੋ ਸਿਗਰਟ ਪੀਂਦਾ ਹੋਏਗਾ ਦਾਦਾ ਜਿਹੜੇ ਦੀ ਚੋਰੀ ਕਰਕੇ ਸਿਗਰਟ ਪੀਂਦਾ ਹੋਏਗਾ ਦਾਦਾ ਜਿਹੜਾ ਜਾ ਕੇ ਅਨੀਬ ਚੋਰ ਚੜ ਕੇ ਦਾਦਾ ਜੀ ਤੁਹਾਡੀ ਸਿਗਰਟ ਪੀਣ ਡਿਆ ਦੌੜ ਬਾਹਰ ਤੇ ਮੈਂ ਚੋਰ ਚੜ ਕੈਮਰਾ ਲੈ ਕੇ ਮਤਲਬ ਮੈਂ ਇਸ ਰੋਲ ਵਿੱਚ ਨਹੀਂ ਮੇਰਾ ਬਸ ਕੈਮਰਾ ਯੂਜ਼ ਕਰਨਾ ਉਹ ਵੀ ਲੁਕਾ ਕੇ ਦਾਦਾ ਜਿਹੜਾ ਪਤਾ ਨਾ ਲੱਗੇ ਫਿਰ ਦਾਦਾ ਜਿਹੜਾ ਜਾ ਕੇ ਪਤਾ ਨਹੀਂ ਡੰਡੇ ਮਾਰ ਦੇਣੇ ਕਿ ਜੁੱਤੀਆਂ ਮਾਰ ਦੇਣੀਆਂ ਕੀ ਕਰ ਦੇਣੇ ਜੋ ਵੀ ਹੋਏਗਾ ਤੁਸੀਂ ਵੇਖੀ ਜਾਇਓ ਜਲਦੀ ਆ ਜੀ ਹੁਣ ਤਿਆਰ ਰਹੀ ਦਾਦਾ ਜਿਹੜਾ ਨਾਲ ਪ੍ਰੈਂਕ ਕਰਨਾ ਠੀਕ ਹੈ ਤੂੰ ਦੱਸ ਛੱਡਣਾ ਤੂੰ ਰਹਿਣ ਦੇ ਤੂੰ ਦੱਸ ਛੱਡਣਾ ਉਹਨੇ ਸੀਟਾਂ ਕਿਤੇ ਪਈਆਂ ਕਿਹੜੇ ਪਾਸੇ ਇੱਧਰ ਪਾਸੇ ਦੱਸ ਆ ਗਿਆ ਬਾਈ ਦੱਸ ਸਾਰਿਆਂ ਦੀ ਖੋਲੀ ਭਾਈ ਆ ਦਸ ਜਣੇ ਸਿਗਰਟ ਨਾ ਪਏ ਹੁੰਦੇ ਨੇ ਅਲਮਾਰੀ ਦੇ ਵਿੱਚ ਅਤੇ ਪ੍ਰੈਂਕ ਕਰਨ ਵਾਸਤੇ ਅਲਮਾਰੀ 'ਚ ਸਿਗਰਟ ਵੇਖੇ ਨੇ ਸਾਰੀ ਡੱਬੀ ਖਾਲੀ ਇਹ ਇੱਕ ਪਿਆ ਸਿਗਰਟ ਇਹਨੇ ਚੁੱਕ ਕੇ ਲਿਆਂਦਾ ਅਤੇ ਟੁੱਟਾ ਹੈ ਜਦੋਂ ਦੌੜ ਕੇ ਸਿਗਰਟ ਲੈ ਕੇ ਆ ਤੁਹਾਨੂੰ ਲੱਗਦਾ ਪੈਸੇ ਬੁਝੀ ਪੈਸੇ ਦਿਓ ਦੌੜ ਨੂੰ ਕਿੰਨੇ ਦੀ ਆਈ ਪੰਜ ਰੁਪਏ ਦੀ ਐਡਾ ਮਹਿੰਗਾ ਪ੍ਰੈਂਕ ਜਾਂ ਵਾਪਸ ਕਰਕੇ ਅਸੀਂ ਲੈਣੀ ਗੱਲ ਸੁਣ ਤੂੰ ਸਿਗਰਟ ਲਾ ਕੇ ਨਾ ਕੁਰਸੀ ਫਾਰ ਕੁਰਸੀ ਫਾਰ ਉਹ ਕੁਛ ਨਹੀਂ ਤਾਂ ਕੁਰਸੀ ਫਾਰ ਇੱਥੇ ਬਹਿ ਕੇ ਨਾ ਤੂੰ ਸਿਗਰਟ ਪੀਂਦਾ ਹੋਈ ਹੈ ਪੀਣੀ ਨਹੀਂ ਮਤਲਬ ਹੁਣ ਤਾਂ ਪੀਂਦਾ ਹੋਈ ਦਾਦਾ ਜੀ ਆ ਕੇ ਤੇਰੇ ਨਾਲ ਫਿਰ ਜੋ ਕਰਨ ਵੇਖੀ ਜਾਏਗੀ ਦੌੜਨਾ ਨਹੀਂ ਪਹਿਲਾਂ ਮੂੰਹ ਬਣਾਈ ਫੁੱਲ ਸੀਰੀਅਸ ਐਕਟਿੰਗ ਕਰੀ ਤੇਰੀ ਐਕਟਿੰਗ ਦਾ ਪਤਾ ਲੱਗ ਜੇ ਜੇ ਦੰਦ ਕੱਢੇ ਤਾਂ ਯਕੀਨ ਮੈਂ ਬਾਅਦ 'ਚ ਬੜਾ ਕੁੱਟਣਾ ਹੀ ਸਾਰਾ ਪ੍ਰੈਂਕ ਖਰਾਬ ਹੋ ਜਾਣਾ ਤੇਰੇ ਤਾਂ ਨਿੱਕੇ ਜਿਹੇ ਦੰਦਾਂ ਦੀ ਵਜ੍ਹਾ ਤੋਂ ਠੀਕ ਹੈ ਨਾ ਹੈ ਛੋਟਾ ਨਹੀਂ ਪੀਂਦਾ ਠੀਕ ਹੈ ਕੁਛ ਨਹੀਂ ਮੈਂ ਇੱਥੇ ਨਹੀਂ ਹੋਣਾ ਠੀਕ ਹੈ ਨਾ ਮੈਂ ਛੱਤ ਉੱਤੇ ਹੋਣਾ ਮੈਂ ਛੱਤ ਤੋਂ ਵੀਡੀਓ ਬਣਾਵਾਂਗਾ ਜੇ ਮੈਂ ਇੱਥੇ ਫਿਰ ਤੁਹਾਨੂੰ ਪਤਾ ਲੱਗ ਜਾਣਾ ਵੀਡੀਓ ਬਣਾਉਣ ਦੇ ਠੀਕ ਹੈ ਥੋੜ੍ਹਾ ਗਿਓ ਥੋੜ੍ਹਾ ਗਿਓਕ ਪੈ ਉੱਥੇ ਵੀਡੀਓ ਸਹੀ ਬਣੇ ਭਾਵੇਂ ਪਤਾ ਲੱਗ ਜਾਣਾ ਜੋ ਧਿਆਨ ਪਿਆ ਕੁੜੀ ਸਾਰਾ ਪ੍ਰੈਂਕ ਖਰਾਬ ਹੋ ਜਾਣਾ ਕਿੱਥੇ ਜਾਣਾ ਲਾਈਏ ਵਿੱਚ ਆਵਾਜ਼ ਵੀ ਜ਼ਰੂਰੀ ਹੈ ਨਾ ਇੱਕ ਮੱਥੇ ਲਾਈ ਭਾਈਆ ਪ੍ਰੈਂਕ ਕਰਨ ਵਾਸਤੇ ਜਾਣਾ ਦੱਸ ਦੇ ਨਾਲ ਇੱਕ ਕੈਮਰਾ ਉਹ ਲੱਗਾ ਜੀ ਇਹਦਾ ਵੇਖੋ ਇੱਥੇ ਲੋਕ ਨਹੀਂ ਪਤਾ ਲੱਗਦਾ ਸਹੀ ਹੋ ਗਿਆ ਅਤੇ ਉਸ ਤੋਂ ਇਲਾਵਾ ਮਾਈਕ ਨਾਲ ਦੀ ਕੁਰਸੀ 'ਚ ਪਿਆ ਹੈ ਸ਼ਾਇਦ ਦੱਸ ਦੇ ਨਾਲ ਧਿਆਨ ਪਿਆ ਚੰਗੀ ਗੱਲ ਹੈ ਪਰ ਜੇ ਪੈ ਗਿਆ ਚਲੋ ਕੋਈ ਨਹੀਂ ਫਿਰ ਵੇਖੀ ਜਾਏ ਰਹਿਣ ਤਾਂ ਪਿਆ ਰਹਿਣ ਦੇ ਆਵਾਜ਼ ਦੇ ਵਿੱਚ ਆਏਗੀ ਨਾ ਤੂੰ ਅੰਦਰ ਚੱਲ ਤੂੰ ਨਹੀਂ ਅੰਦਰ ਆਉਣਾ ਠੀਕ ਹੈ ਨਾ ਤੂੰ ਅੰਦਰ ਪੈ ਰਿਹਾ ਕਿਸੇ ਨੇ ਵੀ ਨਹੀਂ ਆਉਣਾ ਇੱਥੇ ਦੱਸ ਦੇ ਪਤਾ ਲੱਗ ਜਾਣਾ ਤੂੰ ਵੀ ਚੱਲ ਅੰਦਰ ਜਾ ਕੇ ਪਾਈ ਜਾ ਪਹਿਲਾਂ ਫਰਮਾ ਚ ਜਲਦੀ ਅੱਗ ਲਾ ਜਲਦੀ ਕਰ ਅਨੀਬ ਤੂੰ ਦਾਦਾ ਜੀ ਜਾ ਕੇ ਚੋਰੀ ਚੋਰੀ ਕਹਿਣਾ ਜਾ ਕੇ ਦਾਦਾ ਜੀ ਨੂੰ ਹੌਲੀ ਜਿਹੀ ਕਹਿਣਾ ਦਾਦਾ ਜੀ ਦੋ ਬਾਹਰ ਸਿਗਰਟ ਪੀਣ ਡਿਆ ਅਜੇ
ਠੀਕ ਹੈ ਬਸ ਇੰਨੀ ਗੱਲ ਕਹਿਣੀ ਹੈ ਕਹਿੰਦਾ ਜੀ ਬਾਹਰ ਵਿਹੜੇ 'ਚ ਬਹਿ ਕੇ ਦੋ ਸਿਗਰਟ ਪੀਣ ਡਿਆ ਹੈ ਮੱਠੀ 'ਚ ਕੰਜ ਜਾ ਕੇ ਕਿਵੇਂ ਕਹਿਣਾ ਭਲਾ ਕਿਵੇਂ ਕਹਿਣਾ ਤਾਂ ਕਹਿੰਦਾ ਉੱਥੇ ਕੰਜ 'ਚ ਕਿਵੇਂ ਕਹਿਣਾ ਉਹ ਇੰਨੀ ਹੌਲੀ ਦਾਦੇ ਨੂੰ ਸੁਣੇ ਨਹੀਂ ਜਾਣਾ ਹਾਂ ਠੀਕ ਹੈ ਹਾਂਜੀ ਕਹਿ ਕੇ ਤੇ ਓਕੇ ਹੁਣ ਹੁਣ ਹੋਰ ਨਾ ਪਤਾ ਲੱਗਿਆ ਮੈਂ ਐਕਟਿੰਗ ਕਰਨੀ ਜਿਵੇਂ ਕਿਸੇ ਨੂੰ ਨਹੀਂ ਪਤਾ ਚੋਰੀ ਚੋਰੀ ਠੀਕ ਹੈ ਹਲ ਇੱਕ ਤਾਂ ਸੂਟਾ ਮਾਰ ਨਹੀਂ ਕੁਛ ਨਹੀਂ ਹੁੰਦਾ ਨਾ ਮਾਰੀ ਨਾ ਮਾਰ ਖਾਏਗਾ ਠੀਕ ਚੱਲ ਚੱਲ ਜਲਦੀ ਕਰ ਸਿਗਰਟ ਲਾ ਕੇ ਇੱਧਰ ਆ ਇੱਥੇ ਬਹਿ ਲਿਆ ਤੈਨੂੰ ਸੂਟਾ ਖਿੱਚ ਕੇ ਤਾਂ ਉਹ ਵੀ ਕਿਹਾ ਤੈਨੂੰ ਲੱਗ ਜਾਣੀ ਹੈ ਖੈਰ ਇਹ ਕਦੇ ਸੁੱਟੇ ਨਾਲ ਕੁਛ ਨਹੀਂ ਹੁੰਦਾ ਤਾਂ ਠੀਕ ਹੈ ਨਾ ਸਹੀ ਆ ਜੈਕਟਿੰਗ ਮੈਂ ਅੱਡਾ ਨਹੀਂ ਸਹੀ ਤਰ੍ਹਾਂ ਬਹਿ ਕੇ ਮੈਂ ਸੱਚ ਮੁੱਚ ਪੀਣ ਠੀਕ ਹੈ ਝੋੜੀ ਲਕਾ ਲੈਂਦਾ ਦਾਏਗਾ ਪਰ ਕੁਛ ਨਾ ਹਾਂ ਪੀ ਤੂੰ ਦੱਸ ਦੇ ਰਹੀ ਤੈਨੂੰ ਨਹੀਂ ਬਸ ਮੂੰਹ ਜਾ 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 ਕੇ ਚੁੱਪ ਕਰਕੇ ਜਾ ਕੇ ਕਹਿ ਦੱਸ ਜਾਣ ਪਰਾਂ ਧਿਆਨ ਰੱਖ ਪਰਾਂ ਧਿਆਨ ਰੱਖ ਉਹਨਾਂ ਨੂੰ ਦੇਖਣਾ ਦੋ ਲੈ ਇੱਕ ਸੂਟਾ ਲਾ ਕੇ ਨਾ ਉਹ ਬਜਾ ਨਾ ਲਈ ਸਰੀ ਤੋਂ ਸਰੀ ਤੋਂ ਕਬੈ ਭਾਵੇਂ ਤਾਂ ਜਿਹੜੀ ਆਉਣੀ ਨਾ ਆਉਂਦੇ ਨੇ ਆਉਂਦੇ ਨੇ ਚੁੱਪ ਕਰ ਚੁੱਪ ਕਰ ਜਾ ਚੁੱਪ ਕਰ ਜਾ ਬੜਾ ਐਕਟਰ ਹੈ ਬੜੀ ਵੱਡੀ ਫਿਲਮ ਹੈ ਤੂੰ ਹੁਣੇ ਜਾਇ ਸਿੱਖ ਲਈਏ ਸਿਗਰਟ ਪੀਣ ਦੀ ਮੈਂ ਛੱਡੀ ਲਾ ਛੱਡੀ ਬੁਲਾਵਰ ਪੁੱਛਣ ਦੇਖੋ ਸ਼ਰਮ ਇਹਨੂੰ ਸ਼ਰਮ ਆਉਂਦੀ ਪੀਂਦਾ ਕਿਉਂ ਮਾਰਿਆ ਬੰਦਾ ਡੰਡਾ ਬੁਲਾਵਰ ਕਹਿਣ ਖਿੱਚ ਕੇ ਮਾਰੋ ਬਾਰਾਂ ਸਾਲਾਂ ਦਾ ਪੀਣ ਲੱਗ ਪੈਂਦਾ ਸਿਗਰਟਾਂ ਸਿਗਰਟਾਂ ਪੀਣ ਡਿਆ ਸੀ ਕੌਣ ਦਾਊਦ ਮੈਂ ਬਹੁਤ ਨਵਾਜ਼ ਮਾਰਨਾ ਮਾਰ ਅਬੂ ਜੀ ਅਬੂ ਜੀ ਸਿਗਰਟਾਂ ਕਿੱਥੋਂ ਲਈਆਂ ਤੂੰ ਉਂਝ ਲੱਗਾ ਤੇ
ਮੈਂ ਇੱਥੇ ਤੁਹਾਡੀ ਆਇਆ ਨਾ ਵੀ ਸਿਗਰਟ ਮੈਂ ਫੜ ਲਈ ਤੇ ਜੁੱਤੀਆਂ ਮਾਰੀਆਂ ਨੇ ਇਹਨੂੰ ਮੰਗਦਾ ਪਿਆ ਕਹਿੰਦਾ ਸਿਗਰਟ ਦੋ ਮੈਂ ਬਕਵਾਸ ਕਰਦਾ ਜੇ ਇਹ ਬਕਵਾਸ ਕਰਦਾ ਅੱਗੋ ਇਹ ਮੁੰਡੂ ਨਹੀਂ ਇਹਦੇ ਕੰਮ ਖਰਾਬ ਕਰੂ ਅੱਧੀ ਸਿਗਰਟ ਪੀ ਗਿਆ ਸ਼ਰਮ ਦਾ ਫਲ ਲਿਆ ਨੀ ਉਹ ਸਬਰ ਦਾ ਲਓ ਤੁਸੀਂ ਲੱਗ ਪਿਆ ਤੇ ਇਹ ਤੇ ਕਦੇ ਤਬਾਹੀ ਵੱਡਿਆ ਹੋ ਕੇ ਹੋਰ ਇਹ ਤਾਂ ਮੈਂ ਨਾ ਹਿਸਾਬ ਲਾ ਤੂੰ ਘਰ ਨੇ ਸਰਵਿਸ ਦੀ ਸਿਗਰਟਾਂ ਪੀਣਾ ਹੈ ਸਿਗਰਟਾਂ ਪੀਣਾ ਤੇਰੀ ਸਿਗਰਟਾਂ ਪੀਣਾ ਸਿਗਰਟਾਂ ਪੀਣਾ ਦਾਦਾ ਜੀ ਆਹ ਮਖੌਲ ਲੱਗੇ ਆ ਸਿਗਰਟਾਂ ਪੀਣਾ ਉਹ ਵੇਖੋ ਉਹ ਪੀਤਾ ਪੂਤਾ ਮਾਸਾ ਵੀ ਨਹੀਂ ਹੋਈ ਉਹ ਇੱਕੋ ਹੀ ਸੂਟਾ ਲਾਇਆ ਸੀ ਸਟਾਰਟ ਕਰਨ ਵਾਸਤੇ ਉਹ ਮੈਂ ਲਾਇਆ ਸੀ ਬਾਕੀ ਕਿਸੇ ਨੀ ਪੀਤੀ ਮਖੌਲ ਫਿਰ ਕਿਵੇਂ ਲੱਗਣਾ ਤੁਸੀਂ ਬੰਦ ਸਿਗਰਟ ਵੇਖ ਕੇ ਉਹਨੂੰ ਕੁੱਟਣਾ ਸੀ ਭਲਾ ਮਖੌਲ ਕੀਤਾ ਪੜੈਕ ਪੜੈਕ ਕੀ ਹੁੰਦਾ ਸਵੇਰੇ ਸਵੇਰੇ ਖਾਈ ਦਾ ਨਾਸ਼ਤੇ ਦੇ ਨਾਲ ਦਫਾ ਕਰ ਤੂੰ ਤੇ ਭਾਈ ਜੇ ਮਜ਼ਾ ਆਇਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਅੱਲਾ ਹਾਫਿਜ਼ ਅੱਲਾ ਹਾਫਿਜ਼ ਅਗਲੀ ਵਾਰੀ ਬਲਾਵਲ ਕਰੇਗਾ ਪ੍ਰੈਂਕ ਠੀਕ ਹੈ ਮੈਂ ਕਰਾਂਗਾ ਹਾਏ ਓਏ ਤੂੰ ਕਰੇਗਾ ਪ੍ਰੈਂਕ ਡੰਡੇ ਪੈਣ ਦੇ